ਇੰਦਰਾ ਗਾਂਧੀ ਦੇ ਮਰਡਰ ਤੋਂ ਬਾਅਦ ਜਿਹੜਾ ਇਹ 5-6 ਦਿਨ ਦਿੱਲੀ ਦੀਆਂ ਸੜਕਾਂ ਤੇ ਨੰਗਾ ਨਾਚ ਹੋਇਆ ਹੈ ਅੱਜ ਤਕਰੀਬਨ 38 ਸਾਲ ਪੂਰੇ ਹੋ ਗਏ ਨੇ ਸਾਡੇ ਇਸ ਕਤਲੇਆਮ ਨੂੰ 39ਵਾਂ ਸਾਲ ਚੜ੍ਹ ਗਿਆ ਹੈ ਤੇ ਕੋਈ ਵੀ ਸਾਨੂੰ ਜਸਟਿਸ ਨਹੀਂ ਮਿਲਿਆ ਇਹ ਜੜੀ 84 ਹੈ ਸਿੱਖਾਂ ਨੂੰ ਬੜੀ ਚੁਪਦੀ ਹੈ ਤੇ ਮੈਂ ਪਹਿਲੇ ਵੀ ਕਹਿ ਸੀ ਕਿ ਜਦੋਂ ਰਾਜੀਵ ਵੜਿੰਗ ਨੇ ਕਹਿ ਸੀ ਕਿ ਇੰਦਰਾ ਗਾਂਧੀ ਸਾਡੀ ਮਾਂ ਵੋ ਪਿਛਲੇ ਸਾਲ ਦੀ ਗੱਲ ਹੈ ਮੈਂ ਤੁਹਾਡੇ ਇੱਥੇ ਬੈਠਿਆ ਰਾਜੇ ਵਿੰਡੂਸ ਨਾਲ ਕੀਤਾ ਸੀ ਵੀ ਇਹ ਸਾਨੂੰ ਐਵੇਂ ਲੱਗਦਾ ਹੈ ਜਿਵੇਂ ਕੋਈ ਕਹੇ ਕਿ ਮੱਸਾ ਰੰਗੜ ਸਾਡਾ ਹੀਰੋ ਹੈ। ਕੀ ਰਾਜਾ ਵਿੰਡੂ ਤੂੰ ਉਹੋ ਜੀ ਗੱਲ ਕਰ ਰਿਹਾ ਹੈ। ਅੱਜ ਰਾਜਾ ਵਿੰਡੂ ਵੱਲੋਂ ਕਮਲਨਾਥ ਜਿਹੜਾ ਕਿ ਮੇਨ ਦੋਸ਼ੀ ਸੀ 84 ਦੇ ਦੰਗਿਆਂ ਦਾ ਉਹਨੂੰ ਕਲੀਨ ਚਿੱਟ ਦੇਣੀ। ਇਹ ਮਰ ਚੁੱਕੀ ਜ਼ਮੀਰ ਵਾਲੀ ਗੱਲ ਹੈ। ਪਤਾ ਨੀ ਅਮਰਿੰਦਰ ਸਿੰਘ ਵਾਂਗੂ ਤੈਨੂੰ ਕਿਹੜੇ ਖਾਤੇ ਸੇ ਚੱਲੇ ਜਾਣਾ ਮੈਂ ਤੂੰ ਇੰਨੀ ਜ਼ਮੀਰ ਨੂੰ ਮਾਰਨਾ ਨਹੀਂ ਚਾਹੀਦਾ ਤੂੰ ਸਿੱਖ ਹੈਗਾ ਤੈਨੂੰ ਇਹ ਪਤਾ ਹੋਣਾ ਚਾਹੀਦਾ ਕਿ 20 ਤੋਂ 25 ਹਜ਼ਾਰ ਸਿਕ ਜਿਹੜਾ ਲਾਈਫ ਵਰਨਿੰਗ ਹੋਈ ਹੈ ਰੈਸਟ ਆਫ ਹਿੰਦੁਸਤਾਨ ਦੇ ਵਿੱਚ ਵਸਾਈ ਕਰਨੂ ਗੱਲ ਕਰਨ ਦੇ ਜੇ ਇਸ ਕਿਸਮ ਦਾ ਕਰੋਗੇ ਤੇ ਇਤਨਾ ਸਿੱਖ ਫਰਕ ਤੋਂ ਬੜਾ ਜਿਹੜਾ ਤੇਰਾ ਹੀ ਫੇਸ ਮਾੜਾ ਹੁੰਦਾ ਹੈ ਜੀਡੀ ਅਦਾਲਤਾਂ ਨੇ ਪ੍ਰੋਟੈਕਟ ਕਰਨਾ ਸੀ ਸਿੱਖਾਂ ਨੂੰ ਇੰਟਰਵਿਨ ਕਰਨਾ ਸੀ ਦਿੱਲੀ ਦੀ ਹਾਈ ਕੋਰਟ ਸੁਪਰੀਮ ਕੋਰਟ ਬੰਦ ਹੋ ਗਈ ਉਸ ਦਿਨ ਅੱਜ 39 ਸਾਲ ਹੋ ਗਏ ਨੇ 5000 ਸਿੱਖ ਜਿਹੜਾ ਦਿੱਲੀ ਦੀ ਹਾਈ ਕੋਰਟ ਸੁਪਰੀਮ ਕੋਰਟ ਔਰ ਪਾਰਲੀਮੈਂਟ ਦੀ ਹਿੱਕ ਉੱਪਰ ਜਿਹੜਾ ਸੀ ਇਹਨਾਂ ਕਾਂਗਰਸੀਆਂ ਨੇ ਮਾਰਿਆ ਅਜੇ ਤੱਕ ਕਿਸੇ ਜੱਜ ਦੀ ਜ਼ਰਤ ਨਹੀਂ ਪਈ ਕਿ ਉਹਨੇ ਇਹਦਾ ਸੂ ਮੋਟੋ ਲਿਆ ਹੋ ਚੱਕਰ ਵਿੱਚ ਕਿਉਂ ਆ ਗਏ ਉਹਨੇ ਮੈਨੂੰ ਦੱਸਿਆ ਕਿ ਮੈਂ 14 ਸਾਲ ਦਾ ਸੀ ਜਦੋਂ 1986 ਹੋਈ ਹੈ ਮੇਰੇ ਫਾਦਰ ਦਿੱਲੀ ਦੇ ਵਿੱਚ ਨੌਕਰੀ ਕਰਦੇ ਸੀ ਮੇਰੇ ਸਾਹਮਣੇ ਇੱਕ ਬੱਸ ਡਰਾਈਵਰ ਨੂੰ ਬਾਹਰ ਘਟਿਆ ਸਿੱਖ ਨੂੰ ਜਨ ਪਗੜੀ ਬੰਨੀ ਸੀ ਜੇਤੀ ਦਾੜੀ ਸੀ ਕੈਸ ਸੀ ਉਹਨੂੰ ਪਹਿਲੇ ਪੀਂਟ ਨੇ ਉਹਦੇ ਗੱਲ ਸਟੇਅਰ ਪਾਇਆ ਫਿਰ ਤਾੜੀਆਂ ਮਾਰੀਆਂ ਨੇ ਕਿ ਦੇਖੋ ਇਹ ਡਾਂਸ ਕਿਵੇਂ ਕਰ ਰਿਹਾ ਹੈ ਉਸ ਦਿਨ ਕੇੰਦਰ ਮੈਂ ਡਿਸਾਈਡ ਕਰ ਲਿਆ ਸੀ ਕਿ ਆਪਾਂ ਇਹਦਾ ਬਦਲਾ ਲੈਣਾ ਹੈ ਉਸ ਤੋਂ ਬਾਅਦ ਮੈਂ ਪੰਜਾਬ ਆ ਗਿਆ ਤਾਂ ਮੈਂ ਖਾਟੂ ਮੂਵਮੈਂਟ ਆ ਗਿਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੋੜਾ ਜਿੱਥੇ 84 ਦੇ ਕਤਲੇਆਮ ਨੂੰ ਲੈ ਕੇ ਵੱਡਾ ਰਾਜਨੀਤਿਕ ਪਾਰਟੀਆਂ ਨੇ ਲਾਹੇ ਲਿੱਤੇ ਉਥੇ ਜਿਵੇਂ ਸਿੱਖਾਂ ਦੇ ਬਲੁੰਦਰੇ ਹਿਰਦੇ ਵੀ ਬਲੁੰਦਰ ਜਾਂਦੇ ਨੇ ਸਿੱਖ ਕੌਮ ਤੇ ਇੱਕ ਤਰ੍ਹਾਂ ਕਹਿ ਦਈਏ ਸਿੱਖ ਕਤਲਿਆਮ ਹੋਇਆ ਉਦੋਂ ਸਾਡੇ ਨਾਲ ਸੀਨੀਅਰ ਐਡਵੋਕੇਟ ਸਿਮਰਨਜੀਤ ਸਿੰਘ ਜੀ ਮੌਜੂਦ ਨੇ ਭਾਈ ਸਾਹਿਬ ਕਿਵੇਂ ਦੇਖਦੇ ਹੋ ਅੱਜ ਰਾਜਾ ਬੜਿੰਗ ਵੀ ਬਿਆਨ ਦਿੰਦੇ ਨੇ ਕਮਲਨਾਥ ਨੂੰ ਲੈ ਕੇ ਕਿਵੇਂ ਦੇਖਦੇ ਹੋ ਉਸ ਚੀਜ਼ ਨੂੰ ਦੇਖੋ ਜਦੋਂ 31 ਅਕਤੂਬਰ ਤੋਂ ਬਾਅਦ ਇੰਦਰਾ ਗਾਂਧੀ ਦੇ ਮਰਡਰ ਤੋਂ ਬਾਅਦ ਜਿਹੜਾ ਹੈ 5-6 ਦਿਨ ਦਿੱਲੀ ਦੀਆਂ ਸੜਕਾਂ ਤੇ ਨੰਗਾ ਨਾਚ ਹੋਇਆ ਹੈ ਅਸ ਤਕਰੀਬਨ 38 ਸਾਲ ਪੂਰੇ ਹੋ ਗਏ ਨੇ ਸਾਡੇ ਇਸ ਕਤਲੇਆਮ ਨੂੰ 39ਵਾਂ ਸਾਲ ਚੜ੍ਹ ਗਿਆ ਹੈ ਤੇ ਕੋਈ ਵੀ ਸਾਨੂੰ ਜਸਟਿਸ ਨਹੀਂ ਮਿਲਿਆ ਹੈ ਮੈਂ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹੁੰਦਾ ਹੈ ਕਿ ਇਹ ਐਸਾ ਕਾਲਾ ਤੱਬਾ ਹੈਗਾ ਇੰਡੀਅਨ ਜੁਡੀਸ਼ਰੀ ਤੇ ਵੀ ਇੰਡੀਅਨ ਡੈਮੋਕ੍ਰੇਸੀ ਤੇ ਵੀ ਜਿਹੜੀ ਅਦਾਲਤਾਂ ਨੇ ਪ੍ਰੋਟੈਕਟ ਕਰਨਾ ਸੀ ਸਿੱਖਾਂ ਨੂੰ ਇੰਟਰਵਿਨ ਕਰਨਾ ਸੀ ਦਿੱਲੀ ਦੀ ਹਾਈ ਕੋਰਟ ਸੁਪਰੀਮ ਕੋਰਟ ਬੰਦ ਹੋ ਗਈ ਉਸ ਦਿਨ ਅੱਜ 39 ਸਾਲ ਹੋ ਗਏ ਨੇ 5000 ਸਿੱਖ ਜਿਹੜਾ ਦਿੱਲੀ ਦੀ ਹਾਈ ਕੋਰਟ ਸੁਪਰੀਮ ਕੋਰਟ ਔਰ ਪਾਰਲੀਮੈਂਟ ਦੀ ਹੈਕ ਉੱਪਰ ਜਿਹੜਾ ਸੀ ਇਹਨਾਂ ਕਾਂਗਰਸੀਆਂ ਨੇ ਮਾਰਿਆ ਅਜੇ ਤੱਕ ਕਿਸੇ ਜੱਜ ਦੀ ਯੁਰਤ ਨਹੀਂ ਪਈ ਕਿ ਉਹਨੇ ਇਹਦਾ ਸੂ ਮੋਟੋ ਲਿਆ ਹੋਏ ਰੈਸਟ ਆਫ ਦਿੱਲੀ 13 14 ਜਿਹੜੀਆਂ ਕਾਂਗਰਸੀ ਸਟੇਟਸ ਨੇ ਉਸ ਵੇਲੇ ਦੀਆਂ ਉਹਦੇ ਵਿੱਚ ਸਿੱਖਾਂ ਦਾ ਬੜਾ ਆਰਗੇਨਾਈਜ਼ਡ ਵੇਨਰ ਇਹਨਾਂ ਨੇ ਲਾਈਵ ਵਰਨਿੰਗ ਕੀਤੀ ਹੈ। ਤੇ ਇਹ ਉਵੇਂ ਹੋਇਆ ਜਿੱਮੀ ਯੂਜ਼ ਨਾਲ 나ਜੀਜ਼ ਨੇ ਜਰਮਨ ਵਿੱਚ ਕੀਤਾ ਇਹ ਸਿੱਖਾਂ ਦੀ ਉਸ ਕਿਸਮ ਦੀ ਲਾਈਵ ਕਹਾਂ ਕਿ ਜੂੰਦੇ ਫੁੱਕਣ ਵਾਲੀ ਕਹਾਣੀ ਸੀ। ਇਹ ਐਸਾ ਇਨਸੀਡੈਂਟ ਸੀ ਜਿਸ ਤੋਂ ਬਾਅਦ ਜਿਹੜਾ ਪੰਜਾਬ ਦਾ ਸਿੱਖ ਹੈ ਜਿਹੜਾ ਪੰਜਾਬ ਦਾ ਨੌਜਵਾਨ ਹੈ ਜਿਨ੍ਹਾਂ ਨੇ ਆਲਓਵਰ ਇੰਡੀਆ ਇਹ ਫੇਸ ਕੀਤਾ ਹੈ। ਉਹ ਫਿਰ ਤੁਸੀਂ ਵੇਖੋ ਕਿ ਜਿਹੜਾ 7-8 ਸਾਲ ਪੰਜਾਬ ਦੇ ਕਿਵੇਂ ਨੰਗੇ ਨੇ ਤੁਹਾਨੂੰ ਸਾਰੇ ਨੂੰ ਪਤਾ ਹੈ ਤੇ ਮੈਂ ਇੱਕ ਤੁਹਾਨੂੰ ਦੱਸਣਾ ਚਾਹੁੰਨਾ ਮੈਂ ਐਕਸੀ ਸੀ ਮਿਨਿਸਟਰ ਬੈਂਸਿੰਘ ਕਤਲ ਕੇਸ ਦੇ ਵਿੱਚ ਮੇਰੇ ਇੱਕ ਕਲਾਇੰਟ ਨੇ ਭਾਈ ਪਰਮਜੀਤ ਸਿੰਘ ਪਿਓਰਾ ਜਦੋਂ ਮੈਂ ਕੇਸ ਕਰ ਰਿਹਾ ਸੀ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਸ ਚੱਕਰ ਵਿੱਚ ਕਿਉਂ ਆ ਗਏ ਉਹਨੇ ਮੈਨੂੰ ਦੱਸਿਆ ਕਿ ਮੈਂ 14 ਸਾਲ ਦਾ ਸੀ ਜਦੋਂ 1984 ਹੋਈ ਹੈ ਮੇਰੇ ਫਾਦਰ ਦਿੱਲੀ ਦੇ ਵਿੱਚ ਨੌਕਰੀ ਕਰਦੇ ਸੀ ਮੇਰੇ ਸਾਹਮਣੇ ਇੱਕ ਬੱਸ ਡਰਾਈਵਰ ਨੂੰ ਬਾਹਰ ਕੱਢਿਆ ਸਿੱਖ ਨੂੰ ਜਿਹਨੇ ਪਗੜੀ ਬੰਨੀ ਸੀ ਜਦੀ ਦਾੜੀ ਸੀ ਕੈਸ ਸੀ ਉਹਨੂੰ ਪਹਿਲੇ ਪੀਟਨੇ ਉਹਦੇ ਗੱਲ ਸਟੇਅਰ ਪਾਇਆ ਫਿਰ ਤਾੜੀਆਂ ਮਾਰੀਆਂ ਨੇ ਕਿ ਦੇਖੋ ਇਹ ਡਾਂਸ ਕਿਵੇਂ ਕਰ ਰਿਹਾ ਹੈ ਉਸ ਦਿਨ ਕੇੰਦੇ ਮੈਂ ਡਿਸਾਈਡ ਕਰ ਲਿਆ ਸੀ ਕਿ ਆਪਾਂ ਇਹਦਾ ਬਦਲਾ ਲੈਣਾ ਹੈ ਉਸ ਤੋਂ ਬਾਅਦ ਮੈਂ ਪੰਜਾਬ ਆ ਗਏ ਤੇ ਮੈਂ ਖੜਕੂ ਮੂਵਮੈਂਟ ਚ ਆ ਗਏ ਤੇ ਇਹ ਜਿਹੜੀ 84 ਹੈ ਸਿੱਖਾਂ ਨੂੰ ਬੜੀ ਚੁਬਦੀ ਹੈ ਤੁਸੀਂ ਮੈਂ ਪਹਿਲੇ ਵੀ ਕਹਿ ਸੀ ਕਿ ਜਦੋਂ ਰਾਜੀਵ ਵੜਿੰਗ ਨੇ ਕਿਹਾ ਸੀ ਕਿ ਇੰਦਰਾ ਗਾਂਧੀ ਸਾਡੀ ਮਾਂ ਹੈ ਇਹ ਪਿਛਲੇ ਸਾਲ ਦੀ ਗੱਲ ਹੈ ਮੈਂ ਤੁਹਾਡੇ ਇੱਥੇ ਬੈਠਿਆ ਰਾਜੀਵ ਵੜਿੰਗ ਨੂੰ ਸਵਾਲ ਕੀਤਾ ਸੀ ਵੀ ਇਹ ਸਾਨੂੰ ਐਵੇਂ ਲੱਗਦਾ ਹੈ ਜਿਵੇਂ ਕੋਈ ਕਹੇ ਕਿ ਮੱਸਾ ਰੰਗੜ ਸਾਡਾ ਹੀਰੋ ਹੈ ਇਹ ਰਾਜਾ ਵੜਿੰਗ ਤੂੰ ਉਹੋ ਜੀ ਗੱਲ ਕਰ ਰਿਹਾ ਹੈ ਅੱਜ ਰਾਜਾ ਵੜਿੰਗ ਵੱਲੋਂ ਕਮਲਨਾਥ ਜਿਹੜਾ ਕਿ ਮੇਨ ਦੋਸ਼ੀ ਸੀ 84 ਦੇ ਦੰਗਿਆਂ ਦਾ ਉਹਨੂੰ ਕਲੀਨ ਚਿੱਟ ਦੇਣੀ ਇਹ ਮਰ ਚੁੱਕੀ ਜ਼ਮੀਰ ਵਾਲੀ ਗੱਲ ਹੈ ਇਹੋ ਜੀ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤੀ ਸੀ ਤੇ ਅੱਜ ਦੇਖੋ ਕੈਪਟਨ ਅਮਰਿੰਦਰ ਸਿੰਘ ਕਿੱਥੇ ਤੱਕੇ ਖਾ ਰਿਹਾ ਹਾਸ਼ੀਏ ਤੇ ਚਲਾ ਗਿਆ ਤੇ ਰਾਜਵ ਰਿੰਗ ਨੂੰ ਮੈਂ ਕਹਿਣਾ ਚਾਹੁੰਨਾ ਹੈ ਕਿ ਰਾਜਵ ਰਿੰਗ ਜੇ ਤੇਰੇ ਚ ਜ਼ਮੀਰ ਜ਼ਾਕਦੀ ਹੈ ਜੇ ਤੂੰ ਪੰਜਾਬ ਦਾ ਲੀਡਰ ਬਣਨਾ ਚਾਹੁੰਦਾ ਹੈ ਤੇ ਪੰਜਾਬ ਦੀ ਗੱਲ ਕਰ ਇਹ ਪਤਾ ਨਹੀਂ ਅਮਰਿੰਦਰ ਸਿੰਘ ਵਾਂਗੂ ਤੈਨੂੰ ਕਿਹੜੇ ਖਾਤੇ ਸੇ ਚੱਲੇ ਜਾਣਾ ਮੈਂ ਤੂੰ ਇੰਨੀ ਜ਼ਮੀਰ ਨੂੰ ਮਾਰਨਾ ਨਹੀਂ ਚਾਹੀਦਾ ਤੂੰ ਸਿੱਖ ਹੈਗਾ ਤੈਨੂੰ ਇਹ ਪਤਾ ਹੋਣਾ ਚਾਹੀਦਾ ਕਿ 20 ਤੋਂ 25 ਹਜ਼ਾਰ ਸਿਕ ਜਿਹੜਾ ਲਾਈਵ ਵਰਨਿੰਗ ਹੋਈ ਹੈ ਰੈਸਟ ਆਫ ਹਿੰਦੁਸਤਾਨ ਦੇ ਰਿਚ ਤੇ ਬਜਾਏ ਤੁਹਾਨੂੰ ਗੱਲ ਕਰਨ ਦੇ ਜੇ ਇਸ ਕਿਸਮ ਦਾ ਕਰੋਗੇ ਤੇ ਇਤਨਾ ਸਿੱਖ ਪੰਥ ਚ ਬੜਾ ਜਿਹੜਾ ਤੇਰਾ ਹੀ ਫੇਸ ਮਾੜਾ ਹੋਊਗਾ ਭਾਈ ਸਾਹਿਬ ਤੁਸੀਂ ਆਪਣੇ ਅੰਮ੍ਰਿਤਪਾਲ ਸਿੰਘ ਦਾ ਕੇਸ ਲੜ ਰਹੇ ਹੋ ਅਜਨਾਲੇ ਵਾਲਾ ਕਿਵੇਂ ਦੇਖਦੇ ਹੋ ਇਸ ਇਨਸੀਡੈਂਟ ਨੂੰ ਕੁਝ ਲੋਕ ਕਈ ਹਿੰਦੂ ਨੇ ਵੀ ਉੱਥੇ ਜਾਣਾ ਨਹੀਂ ਚਾਹੀਦਾ ਦੀ ਮਹਾਰਾਜ ਦੀ ਸਵਾਰੀ ਨੂੰ ਦੂਜੇ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਦਾ ਤਰਕ ਸੀ ਵੀ ਜਦੋਂ ਚైనా ਨਾਲ ਜੰਦ ਹੁੰਦਾ ਪਾਕਿਸਤਾਨ ਨਾਲ ਹੁੰਦਾ ਉਦੋਂ ਫਿਰ ਉੱਥੇ ਗੁਰੂ ਗ੍ਰੰਥ ਸਾਹਿਬ ਕਿਉਂ ਫੌਜਾਂ ਲੈ ਕੇ ਜਾਂਦੀਆਂ ਨੇ ਕਿਵੇਂ ਤੁਸੀਂ ਦੇਖਦੇ ਹੋ ਇਹ ਕੁਝ ਜਿਹੜੀ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਗੱਲ ਹੈ ਉਹਨਾਂ ਦੇ ਨੰਬਰ ਆਫ ਕੇਸਸ ਸਰਕਾਰ ਨੇ अराउंड 12 13 ਕੇਸਸ ਕਰ ਦਿੱਤੇ ਨੇ ਉਹਨਾਂ ਤੇ ਜਿਨ੍ਹਾਂ ਵਿੱਚੋਂ ਇਹ 11 ਬੰਦਿਆਂ ਤੇ ਐਨਐਸਏ ਲੱਗੀ ਸੀ ਇੱਕ ਬੰਦਾ ਫਰਾਰ ਹੋ ਗਿਆ 10 ਡਿਬਰੂਗੜ੍ਹ ਜੇਲ੍ਹ ਚ ਨੇ 10 ਵਿੱਚੋਂ 7 ਬੰਦਿਆਂ ਨੇ ਆਪਦੀ ਐਨਐਸਏ ਨੂੰ ਚੈਲੰਜ ਕੀਤਾ ਹੈ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਚਾਚਾ ਜੀ ਭਾਈ ਹਰਜੀਤ ਸਿੰਘ ਤੇ ਵਰਿੰਦਰ ਸਿੰਘ ਫੌਜੀ ਉਹਨਾਂ ਨੇ ਜਿਹੜੀ ਐਨਐਸਏ ਚੈਲੰਜ ਨਹੀਂ ਕੀਤੀ ਤੇ ਇਹ ਸਾਰੇ ਕੇਸਸ ਦੇ ਵਿੱਚ ਜਿਹੜੀ ਫਾਊਂਡੇਸ਼ਨ ਹੈਗੀ ਹੈ ਉਹ ਇਹ ਮੰਨਦੇ ਨਹੀਂ ਅਜ਼ਨਾਲਾ ਕੇਸ ਨੂੰ ਜਿਹਨੂੰ ਕਹਿੰਦੇ ਨੇ ਕਿ ਅਜ਼ਨਾਲਾ ਚ ਵੌਲੈਂਸ ਹੋਈ ਹੈ ਗੁਰੂ ਗ੍ਰੰਥ ਸਾਹਿਬ ਲੈ ਕੇ ਗਏ ਨਹੀਂ ਉਸ ਵਿੱਚ ਮ ਬਹੁਤ ਕਲੀਅਰ ਹੈਗਾ ਕਿ ਸਰਕਾਰ ਦਾ ਇਹ ਪ੍ਰੀਪਲੈਨਡ ਜਿਹੜਾ ਇੱਕ Trap ਸੀ ਇਹ ਪ੍ਰੀਪਲੈਨਡ ਇਹਨਾਂ ਦਾ ਪਹਿਲੇ ਬਣ ਚੁੱਕਿਆ ਪ੍ਰੋਗਰਾਮ ਸੀ ਜਦੋਂ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਤੇ 365 ਦਾ ਪਰਚਾ ਜ਼ਨਾਲੇ ਥਾਣੇ 'ਚ ਦਰਜ ਕੀਤਾ ਹੋਇਆ ਹੈ ਉਹ ਪਰਚੇ ਦੇ ਵਿੱਚ ਤੁਸੀਂ ਲੜਕੇ ਤੂਫਾਨ ਸਿੰਘ ਦੇ ਖਿਲਾਫ ਪਰਚਾ ਰੱਦ ਵੀ ਕੀਤਾ ਇਸ ਤੋਂ ਪਹਿਲੇ ਤੁਸੀਂ 3 ਐਫਆਈਆਰਸ ਪਾਈ ਅਮਰਿਤਪਾਲ ਸਿੰਘ ਦੇ ਖਿਲਾਫ ਇੱਕ ਬੀ ਡਿਵੀਜ਼ਨ ਅੰਮ੍ਰਿਤਸਰ ਇੱਕ ਫਿਰ ਇਹ ਮੌਕੇ ਦੇ ਵਿੱਚ ਜਦੋਂ ਪਾਈ ਦੀਪ ਸਿੱਧੂ ਦੀ ਵਰਸੀ ਸੀ ਉੱਥੇ ਵੀ ਇਹਨਾਂ ਨੇ ਪਰਚਾ ਦਰਜ ਕੀਤਾ ਤੇ ਜਦੋਂ ਜਿਸ ਬੰਦੇ ਤੇ 3 ਐਫਆਈਆਰਸ ਦਰਜ ਹੋ ਤੇ ਤੁਹਾਡਾ ਫਰਜ਼ ਸੀ ਫਿਰ ਜਿਸ ਦਿਨ ਅਜ਼ਨਾਲਾ ਵਾਲੀ ਕਟੜਾ ਵਾਪਰੀ ਹੈ ਤੁਸੀਂ ਉਹਨੂੰ ਅਰੈਸਟ ਕਰਦੇ ਫਿਰ ਜਿਹੜਾ ਸਰਕਾਰ ਦਾ ਐਸਐਸਪੀ ਹੈ ਐਸਪੀ ਹੈ ਵੱਡੇ ਅਫਸਰ ਹੈ ਕਿ ਉਹਦੇ ਨਾਲ ਕਿਉਂ ਬੈਠੇ ਸੀ ਦੂਸਰੀ ਗੱਲ ਹੈ ਕਿ ਇਹ ਜਿਹੜਾ ਇਨਸੀਡੈਂਟ ਹੈਗਾ ਇਹ ਹੈਗਾ 23 ਫਰਵਰੀ ਦਾ 23 ਫਰਵਰੀ ਨੂੰ ਉਹ ਤਰਨਾ ਦਿੰਦੇ ਨੇ ਉੱਥੇ ਛਡਾਉਣ ਲਈ ਐਫਆਰ ਜਿਹੜੀ ਹੈ 24 ਤਰੀਕ ਨੂੰ ਰਾਤ ਦੇ 9:50 ਮਿੰਟ ਤੇ ਦਰਜ ਕੀਤੀ ਜਾਂਦੀ ਹੈ ਇਹ ਜਿਹੜਾ 40 45 ਘੰਟੇ ਦਾ ਗੈਪ ਹੈ ਉਹਦੇ ਵਿੱਚ ਇਹ ਸਰਕਾਰ ਕਿਸ ਗੱਲ ਦੀ ਉਡੀਕ ਕਰਦੀ ਰਹੀ ਹੈ ਕਿਸ ਚੀਜ਼ ਦੀ ਸੌਦੇਬਾਜ਼ੀ ਕਰਦੀ ਰਹੀ ਹੈ ਫਿਰ ਜਿਹੜਾ ਲਾ ਐਂਡ ਆਰਡਰ ਮੇਨਟੇਨ ਕਰਨਾ ਹੁੰਦਾ ਹੈ ਇਹ ਡਿਸਟ੍ਰਿਕਟ ਮੈਜਿਸਟਰੇਟ ਦਾ ਐਸਐਸਪੀ ਦਾ ਡਿਊਟੀ ਹੈਗੀ ਹੈ ਜਿਹੜਾ 40 50 ਕਿਲੋਮੀਟਰ ਦਾ ਸਫ਼ਰ ਸੀ ਰਈਆ ਟੂ ਅਜ਼ਨਾਲਾ ਸਰਕਾਰ ਨੇ ਅਜੇ ਤੱਕ ਜਵਾਬ ਨਹੀਂ ਦਿੱਤਾ ਕਿ ਤੁਸੀਂ ਉਹਨਾਂ ਨੂੰ ਰੋਕਿਆ ਕਿਉਂ ਨਹੀਂ ਹੈਗਾ ਤੇ ਗੁਰੂ ਗ੍ਰੰਥ ਸਾਹਿਬ ਜਦੋਂ ਕੋ ਲੈ ਕੇ ਜਾਂਦਾ ਹੈ ਤਾਂ ਉਹ ਤਾਂ ਬੜੀ ਹੋਰ ਰਿਸਪੌਂਸਿਬਿਲਟੀ ਹੋ ਜਾਂਦੀ ਹੈ ਕਿ ਹਰ ਸਿੱਖ ਨੂੰ ਪਤਾ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਨਾਲ ਜਾ ਰਿਹਾ ਹੈ ਤੇ ਮੈਂ ਕੋਈ ਇਸ ਕਿਸਮ ਦਾ ਇਨਸੀਡੈਂਟ ਨਹੀਂ ਕਰਨਾ ਜਿਸ ਨਾਲ ਬੇਦਬੀ ਹੋਏ ਤੁਸੀਂ ਮੈਂ ਨਹੀਂ ਮਹਿਸੂਸ ਕਰਦਾ ਗੁਰੂ ਗ੍ਰੰਥ ਸਾਹਿਬ ਜਿੱਥੇ ਲਿਜਾਇਆ ਜਾਂਦਾ ਉੱਥੇ ਤੇ ਮੋਰ ਸਿਕਿਓਰ ਹੋ ਜਾਂਦਾ ਹੈ ਸਰਕਾਰ ਨੂੰ ਵੀ ਪਤਾ ਹੈ ਵੀ ਕੋਈ ਬੰਦਾ ਹੁੱਲੜਵਾਜ਼ੀ ਨਹੀਂ ਕਰੂਗਾ ਤੇ ਇਹ ਜਿਹੜਾ ਸਾਰਾ ਇੱਕ ਸੀਨ ਕ੍ਰੀਏਟ ਕੀਤਾ ਗਿਆ ਸੀਨ ਕ੍ਰੀਏਟ ਕਰਕੇ ਸਿੱਖਾਂ ਨੂੰ ਵਰਲਡਵਾਈਡ ਬਦਨਾਮ ਕੀਤਾ ਗਿਆ ਸੀ ਤੇ ਮਹਿਸੂਸ ਕਰਦੇ ਹਾਂ ਜੀ ਅ ਐਡਵੋਕੇਟ ਸਾਹਿਬ ਇੱਕ ਪਿਛਲੇ ਦਿਨੀ ਡਿਬੇਟ ਚੱਲੀ ਜਿਹਦੇ ਵਿੱਚ ਸਰਕਾਰ ਵੱਲੋਂ ਆਪਣਾ ਪੱਖ ਤਾਂ ਪੇਸ਼ ਕੀਤਾ ਗਿਆ ਜਿਹੜੀਆਂ ਨਮੈਂਦਾ ਜਿਨ੍ਹਾਂ ਨੂੰ ਬੁਲਾਇਆ ਗਿਆ ਸੀ ਕੁਝ ਪਾਰਟੀਆਂ ਧਰਾਂ ਉੱਥੇ ਨਹੀਂ ਪਹੁੰਚੀਆਂ ਕਿਵੇਂ ਦੇਖਦੇ ਹਾਂ ਇਸ ਡਿਬੇਟ ਨੂੰ ਤੁਸੀਂ ਜਿਹੜੀ ਸਰਕਾਰੀ ਡਿਬੇਟ ਕਹਿ ਸਕਦੇ ਆ ਇਹਨੂੰ ਤੀ ਖੁਸੀ ਜਿਹੜਾ ਵਿਸ਼ਾ ਡਵੇਟ ਤੇ ਹੁਣ ਇੰਨਾ ਲੰਬਾ ਸਮਾਂ ਹੋ ਗਿਆ ਹੈ ਇਹ ਸਾਰੇ ਇਸ਼ੂ ਦੀ ਜਿਹੜੀ ਜੜ੍ਹ ਹੈ ਉਹ 1966 ਦੀ ਜਦੋਂ ਪੰਜਾਬ ਦੀ ਵੰਡ ਹੋਈ ਹੈ ਉਹਦੇ ਵਿੱਚ ਪਈ ਹੋਈ ਹੈ ਉਦੋਂ ਜਿਹੜਾ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਬਣਿਆ ਹੈ ਇਹ ਉਹਦੇ ਵਿੱਚ ਜਿੰਨੇ ਵੀ ਸਾਡੇ ਅਜ਼ਰੋਲੇ ਨੇ ਉਹਦੀਆਂ ਜਿਹੜੀਆਂ ਰਿਜ਼ਰਵਡ ਕਲੌਜ਼ ਨੇ 78 79 80 ਉਹਦੇ ਵਿੱਚੋਂ ਨਿਕਲ ਰਹੀਆਂ ਨੇ ਹੁਣ ਜਿਹੜੀ ਇਸ ਕਿਸਮ ਦੀ ਹੁੰਦੀ ਨਾ ਜ਼ੁਮਲੇਵਾਜ਼ੀ ਕਰਨਾ ਹੈ ਇੱਕ ਦੂਜੇ ਤੇ ਚਿੱਕੜ ਉਛਾਲਣਾ ਹੈ ਉਹਦੇ ਵਿੱਚ ਅਕਾਲੀ ਵੀ ਓਨੇ ਹੀ ਜ਼ਿੰਮੇਵਾਰ ਹੈਗੇ ਨੇ ਕਾਂਗਰਸੀ ਵੀ ਓਨੇ ਜ਼ਿੰਮੇਵਾਰ ਨੇ ਤੇ ਭਗਵੰਤ ਨੇ ਵੀ ਮੈਂ ਮਹਿਸੂਸ ਕਰਦਾ ਕਿ ਉਹ ਟ੍ਰੈਕ ਫੜ ਲਿਆ ਹੈ ਤੂੰ ਉਹਨਾਂ ਦੀਆਂ ਗਲਤੀਆਂ ਤੇ ਹੁਣ ਸਾਰੀ ਦੁਨੀਆ ਨੂੰ ਪਤਾ ਹੈਗਾ ਸਾਰਾ ਪੰਜਾਬ ਜਾਣਦਾ ਕਿ ਸਿੱਖਾਂ ਨਾਲ ਇਹਨਾਂ ਲੋਕਾਂ ਨੇ ਕਿਹੜੇ ਕਿਹੜੇ ਧੋਖਾ ਕੀਤਾ ਅਸੀਂ ਤੇ ਮਹਿਸੂਸ ਕਰਦੇ ਹਾਂ ਕਿ ਤੂੰ ਬੜਾ ਵੱਡਾ ਵਾਰੀਅਰ ਹੈਗਾ ਤੂੰ ਐਡਾ ਵੱਡਾ ਸੁਪਰ ਮੁੱਖ ਮੰਤਰੀ ਹੈ ਤੈਨੂੰ 92 ਤੇਰੇ ਨਾਲ ਐਮਐਲਏ ਨੇ ਜਿਹੜਾ ਪੰਜਾਬ ਦਾ ਕੋਰ ਇਸ਼ੂ ਹੈ ਜਦੋਂ ਇੰਟਰਨੈਸ਼ਨਲ ਲਾਅ ਕਹਿੰਦਾ ਹੈ ਕਿ ਜਿਹੜਾ ਰਿਪੀਰੀਅਨ ਲਾਅ ਹੈ ਉਹ ਦਰਿਆਵਾਂ ਦੇ ਮਾਮਲੇ ਦੇ ਵੰਡ ਵਿੱਚ ਹੁੰਦਾ ਹੈ ਤੇ ਉਹੀ ਲਾਅ ਕੁਵੇਰੀ ਦੇ ਮੁੱਦੇ 'ਚ ਲਾਗੂ ਹੋਇਆ ਇਸੇ ਹਿੰਦੁਸਤਾਨ 'ਚ ਉਹਨੂੰ ਫੋਲੋ ਕੀਤਾ ਗਿਆ ਤੇ ਜਿਹੜਾ ਪਾਣੀ ਸਭ ਤੋਂ ਪਹਿਲੇ ਜਿਹੜੀ ਨਾਨ ਰਿਪੀਰੀਅਨ ਸਟੇਟ ਹੈ Rajasthan ਹੈ ਜਿਹਨੂੰ 1955 ਦੇ ਵਿੱਚ ਦੋ ਸਰਕਾਰੀ ਮੁਲਾਜ਼ਮਾ ਨੇ ਐਗਰੀਮੈਂਟ ਕਰਕੇ ਦਿੱਤਾ ਹੈ ਉਹ ਅਜੇ ਤੱਕ ਨਾ ਤੇ ਕਾਂਗਰਸੀਆਂ ਨੇ ਤੋੜਿਆ ਨਾ ਅਕਾਲੀਆਂ ਨੇ ਤੋੜਿਆ ਇੱਥੇ ਹਿੰਮਤ ਹੈਗੀ ਹੈ ਤੇ ਇਹਨੂੰ ਪਹਿਲੇ ਤਾਂ ਉਹ ਤੋੜਨਾ ਚਾਹੀਦਾ ਹੈ ਪਾਣੀ ਬੰਦ ਕਰਨਾ ਚਾਹੀਦਾ ਹੈ ਦੂਸਰੀ ਗੱਲ ਹੈ ਕਿ ਹੁਣ ਦਿੱਲੀ 'ਚ ਵੀ ਇਹਨਾਂ ਦੀ ਸਰਕਾਰ ਹੈ ਪੰਜਾਬ 'ਚ ਵੀ ਇਹਨਾਂ ਦੀ ਸਰਕਾਰ ਹੈ ਸਭ ਤੋਂ ਪਹਿਲੇ ਮੈਂ ਮਹਿਸੂਸ ਕਰਦਾ ਕਿ ਭਗਵੰਤ ਨੂੰ ਚਾਹੀਦਾ ਹੈ ਕਿ ਦਿੱਲੀ ਚ ਕੇਜਰੀਵਾਲ ਸਾਹਿਬ ਨੂੰ ਕਹਿਣ ਕਿ ਜਿਹੜੀ ਪਾਣੀਆਂ ਦੀ ਰਾਇਲਟੀ ਹੈ ਪੰਜਾਬ ਨੂੰ ਦੇ ਜਦੋਂ ਕੇਜਰੀਵਾਲ ਸਾਹਿਬ ਉਹ ਟ੍ਰੈਂਡ ਸੈੱਟ ਕਰ ਦਨਗੇ ਫਿਰ ਜਿਹੜਾ ਵਾ ਸਾਡਾ ਹਰਿਆਣੇ ਨੂੰ ਰਾਜਸਥਾਨ ਨੂੰ ਕਹਿਣ ਦਾ ਹੋਰ ਸਾਡਾ ਜਿਹੜਾ ਕਲੇਮ ਵੱਡਾ ਹੋ ਜਾਊਗਾ ਸਟ ਕੋ ਲੀਗਲ ਐਕਸਰਸਾਈਜ਼ ਮਿਲ ਜੂਗੀ ਤੇ ਤੀਸਰੀ ਗੱਲ ਹੈ ਵੀ ਜਿਹੜਾ ਅਦਾਲਤਾਂ ਦੇ ਵਿੱਚ ਕਮਜ਼ੋਰ ਵਕੀਲ ਖੜੇ ਕੀਤੇ ਗਏ ਨੇ ਕਮਜ਼ੋਰ ਟੰਗ ਨਾਲ ਡਿਸੀਜਨ ਤੇ ਮੈਂ ਮਹਿਸੂਸ ਕਰਦਾ ਕਿ ਕਿਉਂਕਿ ਵਕੀਲ ਕੋਰਟਾਂ ਵੀ ਜਿਹੜੀਆਂ ਨਹੀਂ ਕਿਤੇ ਇਨਫਲੂਐਂਸ ਤੋਂ ਬਾਹਰ ਨਹੀਂ ਹੁੰਦੀਆਂ ਰਾਜਨੀਤਿਕ ਤੇ ਉੱਥੇ ਇਸ਼ੂਜ਼ ਹੀ ਉਸ ਤਰੀਕੇ ਤੇ ਫਰੇਮ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਆਪਾਂ ਕੰਮਜਾਬ ਨਹੀਂ ਹੋਣਾ ਬਾਇਸਡ ਹੈਗੀ ਹੈ ਅਪਰੋਚ কোর্ਟਸ ਦੀ ਮਤਲਬ ਮੈਂ ਤੁਹਾਡੇ মিডিਆ ਰਾਈਟ ਬਹੁਤ ਸਪਸ਼ਟ ਕਰਨਾ ਚਾਹੁੰਦਾ ਇੱਕ ਰਾਜਨੀਤਿਕ ਲੜਾਈ ਹੈ ਕਿ ਪੰਜਾਬ ਦਾ ਜੇ ਪਾਣੀ ਬਚਾਉਣਾ ਹੈ ਤੁਸੀਂ ਦੇਖੋ ਕਿ ਭਾਈ ਜਟਾਣੇ ਹੁਣਾ ਨੇ ਉਦੋਂ ਆਪਣੀਆਂ ਬੜੀਆਂ ਉਹਨਾਂ ਨੂੰ ਇਹ ਤਾਂ ਪੇਵ ਵੀ ਕਰਨਾ ਪਿਆ ਕਿ ਉਹਦੀ ਫੈਮਿਲੀ ਨੂੰ ਕਿਵੇਂ ਲਾਈਫ ਵਰਨਿੰਗ ਕੀਤੀ ਹੈ ਕਿਵੇਂ ਜੀਉਂਦਾ ਫੁਕਿਆ ਸਾਢੇ 5 ਸਾਲ ਦੇ ਭਾਂਜੇ ਨੂੰ ਜਿਹੜਾ ਭਾਈ ਜਟਾਣੇ ਦਾ ਸੀ ਉਹਨੂੰ ਲਤੋਂ ਫੜ ਕੇ ਪੂਲੇ ਦੇ ਬੰਦਿਆ ਨੇ ਪੂਲੇ ਨੇ ਬਾਹਰ ਕੱਢ ਕੇ ਉਹਨੂੰ ਤੇਲ ਸੁੱਟ ਕੇ ਫੁਕਿਆ ਤੇ ਉਹਨਾਂ ਦੀਆਂ ਕੁਰਬਾਨੀਆਂ ਕਰਕੇ ਜਿਹੜਾ ਇਹ ਪਾਣੀ ਲਿੰਕ ਕਨਾਲ ਦਾ ਰੁਕਿਆ ਹੈਗਾ ਤੇ ਹੁਣ ਭਗਵੰਤ ਜੀ ਤੁਹਾਡੇ ਕੋ 92 MLA ਨੇ ਤੁਸੀਂ ਇੱਕ ਰਾਜਨੀਤਿਕ ਪ੍ਰੋਗਰਾਮ ਦਿਓ ਸਾਰਾ ਪੰਜਾਬ ਤੁਹਾਡਾ ਨਾਲ ਚੱਲਣ ਨੂੰ ਤਿਆਰ ਹੈ ਇਹੋ ਜਿਹੇ ਜੁਮਲੇ ਜੁਮਲੇਵਾਜ਼ੀਆਂ ਦੇ ਵਿੱਚ ਕਿ ਮੈਂ ਬਲਾ ਕੇ ਇਹਨਾਂ ਲੋਕਾਂ ਦੀ ਨਲੈਕੀ ਆ ਨਾ ਜਿਨ੍ਹਾਂ ਨੂੰ ਤੂੰ ਬੁਲਾਉਣਾ ਚਾਹੁੰਦਾ ਤੇ ਉਹ ਆਲਰੇਡੀ ਲੋਕਾਂ ਨੇ ਡਿਸਕ੍ਰੈਡਿਟ ਕਰਕੇ ਰਿਜੈਕਟ ਕਰ ਦਿੱਤੇ ਨੇ ਕੋਈ ਦੋ ਸੀਟਾਂ ਤੇ ਆ ਗਿਆ ਕੋਈ ਇੱਕ ਸੀਟ ਤੇ ਆ ਗਿਆ ਕੋਈ ਤਿੰਨ ਸੀਟਾਂ ਤੇ ਆ ਗਿਆ ਤੇ ਤੁਹਾਨੂੰ ਤਾਂ ਅਸੀਂ ਮੈਜੋਰਿਟੀ ਦਿੱਤੀ ਹੈ 92 ਸੀਟਾਂ ਦਿੱਤੀਆਂ ਨੇ ਸੋ ਤੁਸੀਂ ਪੰਜਾਬ ਦੇ ਇਸ਼ੂਸ ਨੂੰ ਫਰੰਟ ਤੋਂ ਲੀਡ ਕਰੋ ਇਹਨਾਂ ਜੁਮਲੇਵਾਜ਼ੀਆਂ ਚ ਨਾ ਪਾਓ ਇੱਕ ਪਾਸੇ ਜਦੋਂ ਹਰਿਆਣੇ ਦੀ ਇਲੈਕਸ਼ਨ ਦੀ ਗੱਲ ਹੁੰਦੀ ਆ ਇੱਕ ਪਾਸੇ ਭਗਵੰਤ ਸਿੰਘ ਮਾਨ ਬੈਠੇ ਹੁੰਦੇ ਨੇ ਦੂਜੇ ਪਾਸੇ ਕੇਜਰੀਵਾਲ ਸਾਹਿਬ ਬਿਆਨ ਦਿੰਦੇ ਨੇ ਵੀ ਹਰਿਆਣੇ ਨੂੰ ਵੀ ਪਾਣੀ ਦੀ ਲੋੜ ਆ ਪੰਜਾਬ ਨੂੰ ਵੀ ਪਾਣੀ ਲੋੜ ਦੂਜੇ ਪਾਸੇ ਤੁਸੀਂ ਕਿਹਾ ਵੀ ਦਿੱਲੀ ਤੋਂ ਸੈੱਟ ਕਰ ਲੈਣ ਇਹ ਐਗਜ਼ਾਮਪਲ ਕੀ ਲੱਗਦਾ ਇਹ ਰਾਜਨੀਤਿਕ ਪਾਰਟੀਆਂ ਪੰਜਾਬ ਦੇ ਪਾਣੀ ਦਾ ਰੇਡ ਕ ਬਰਕਰਾਰ ਹੀ ਰੱਖਣੀ ਚਾਹੁੰਦੇ ਨੇ ਨਿਮੇੜਨਾ ਨਹੀਂ ਚਾਹੁੰਦੀਆਂ ਕਿ ਮੈਨੂੰ ਦਿਖੂ ਜੀ ਮੈਂ થી ਮਹਿਸੂਸ ਕਰਦਾ ਐ ਕਿ ਜਿਹੜੀ ਇੰਡੀਅਨ ਸਟੇਟ ਹੈ ਸਿੱਖਾ ਨੇ 1947 ਦੇ ਵਿੱਚ ਸਾਡੇ ਮਾਸਟਰ ਤਾਰਾ ਸਿੰਘ ਹੋਣਾ ਨੇ ਪਾਕਿਸਤਾਨ ਦਾ ਝੰਡਾ ਪਾੜ ਦਿੱਤਾ ਸੀ ਲਾਹੌਰ 'ਚ ਇਹ ਲੀਕ ਮਾਰ ਕੇ ਪਾਕਿਸਤਾਨ ਨੂੰ ਛੱਡ ਕੇ ਦਿੱਲੀ ਨਾਲ ਆ ਖੜੇ ਹੋਏ ਮਾਸਟਰ ਤਾਰਾ ਸਿੰਘ ਦਾ ਇਹ ইস্যੂ ਸੀ ਕਿ ਸਾਡੇ ਜਿਹੜੇ ਹਿੰਦੂ ਬ੍ਰਦਰਸ ਨੇ ਸਾਨੂੰ ਇਹਨਾਂ ਦੇ ਵਾਅਦੇ ਤੇ ਪ੍ਰੋਮਿਸ ਦੇ ਸਾਨੂੰ ਯਕੀਨ ਹੈਗਾ ਉਹ ٹرسٹ ਨਾਲ ਸੀ ਇੱਥੇ ਆਈ ਸੀ ਉਸ ਤੋਂ ਬਾਅਦ ਕੰਟੀਨਿਊਸਲੀ ਕਿਉਂਕਿ ਇਹ ਸਾਰਾ ਕੁਝ ਜੇ ਪੰਜਾਬ ਹਿੰਦੂ ਸਟੇਟ ਹੁੰਦੀ ਤੇ ਇਹ ਤੱਕਾ ਨਹੀਂ ਸੀ ਹੋਣਾ ਕਿਉਂਕਿ ਇਹਦੇ ਵਿੱਚ ਸਿੱਖ ਮੈਜੋਰਿਟੀ ਹੈ ਮੈਂ ਤੇ ਇਹ ਮਹਿਸੂਸ ਕਰਦਾ ਵੀ ਤੱਕੇ ਦੀ ਜੜ ਉਹੀ ਹੈਗੀ ਹੈ ਐਡਵੋਕੇਟ ਸਾਹਿਬ ਕਿਵੇਂ ਦੇਖਦੇ ਹੋ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਪਿਛਲੀਆਂ ਸਰਕਾਰਾਂ ਜਿਹੜਾ ਭਗਵੰਤ ਸਿੰਘ ਮਾਨ ਨਾਰਾ ਦਿੰਦੇ ਨੇ ਵੀ ਜਿਹੜਾ 70 ਸਾਲ ਚ ਨਹੀਂ ਹੋਇਆ ਉਹ ਕਰਾਂਗੇ ਉਹਨਾਂ ਨੂੰ ਕਿੰਨਾ ਕੁ ਡਿਫਰੈਂਟ ਦੇਖਦੇ ਹੋ ਤੁਸੀਂ ਇਹ ਇਹ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ 10 ਚੋਂ ਕਿੰਨੇ ਨੰਬਰ ਦੇਵੋਗੇ ਕੁਝ ਨੰਬਰ ਤਾਂ ਨਹੀਂ ਆਪਾਂ ਦੇ ਸਕਦੇ ਬੇਸਿਕਲੀ ਜਿਹੜਾ ਚੀਫ ਮਿਨਿਸਟਰ ਹੁੰਦਾ ਹੈ ਉਹਦਾ ਕੰਮ ਹੁੰਦਾ ਹੈ ਸੁਪਰਵਾਈਜ਼ਨ ਦਾ ਡਿਸੀਜਨ ਮੇਕਿੰਗ ਦਾ ਤੇ ਉਹਦੀ ਐਗਜ਼ੀਕਿਊਸ਼ਨ ਦਾ ਤੇ ਸਰਦਾਰ ਭਗਵੰਤ ਮਾਨ ਸਾਹਿਬ ਤਾਂ ਗਲੜ ਵਾਂਗੂ ਜਿਹੜੀਆਂ ਨੇ ਦੌੜਾਂ ਹੀ ਲਾਈ ਜਾਂਦੇ ਨੇ ਜਿਵੇਂ ਚੰਨੀ ਸਾਹਿਬ ਜਹਾਜ਼ ਤੋਂ ਨਹੀਂ ਸੀ ਉਤਰਦੇ ਇਹ ਸਾਰਾ ਦਿਨ ਜਹਾਜ਼ ਤੋਂ ਨਹੀਂ ਉਤਰਦਾ ਤੇ ਇਹ ਦੱਸਣ ਵੀ ਇਹ ਜਿਹੜਾ ਇਹ ਦਾਵਾ ਕਰਦੇ ਸੀ ਕਿ ਪਿਛਲੇ 1.5 ਸਾਲ ਦੇ ਵਿੱਚ ਕੋਈ ਵੱਡਾ ਹਸਪੀਟਲ ਇੱਥੇ ਬਣਾਇਆ ਕੋਈ ਸਰਕਾਰ ਨੇ ਯੂਨੀਵਰਸਿਟੀ ਬਣਾਈ ਹੈ ਜਿਹੜੀ ਆਮ ਲੋਕਾਂ ਦੀ ਡਿਮਾਂਡ ਹੈ ਫਿਰ ਸਰਦਾਰ ਭਗਵੰਤ ਸਿੰਘ ਮਾਨ ਇਹ ਕਹਿੰਦੇ ਸੀ ਵੀ ਜਦੋਂ ਮੈਂ ਆ ਗਿਆ ਤੇ ਮੈਂ ਕਰਜ਼ੇ ਤੇ ਲੀਕ ਵੀ ਮਾਰ ਦੇਣੀ ਹੈ ਤੇ ਜਿਹੜਾ ਕਰਜ਼ਾ ਹੈ ਮੈਂ ਇੱਥੇ ਸਰਕਾਰੀ ਗਨਮੈਨ ਸਰਕਾਰੀ ਖਰਚੇ ਘਟਾ ਦਿੰਨੇ ਨੇ ਤੇ ਮੈਂ ਜਿਹੜਾ ਕਰਜ਼ਾ ਵਾ ਜਿਹੜਾ 3 ਲੱਖ ਕਰੋੜ ਤੋਂ ਉੱਠਾ ਨੂੰ ਲੈ ਕੇ ਆਵਾਂਗਾ ਤੇ ਅੱਜ ਜਿਹੜਾ ਸਫਸਲ ਹਾਲ ਦੇ ਵਿੱਚ 70 75 ਹਜ਼ਾਰ ਦਾ ਕਰਜ਼ਾ ਹੋਰ ਛੜ ਗਿਆ ਹੁਣ ਇਲੈਕਸ਼ਨ ਟੋਪੀਆਂ ਵਾਲਿਆਂ ਦੀ ਲਾਲੇ ਕੇਸਰੀ ਵਾਲ ਦੀ ਹੈ ਉਹ ਰਾਜਸਥਾਨ ਦੀ ਇਲੈਕਸ਼ਨ ਹੋਏ ਉਹ ਉਤਰੰਚਲ ਦੀ ਹੋਏ ਉਹ ਕਿਤੇ ਗੋਆ ਚ ਹੋਏ ਇਸ਼ਤਿਹਾਰ ਪੰਜਾਬ ਤੋਂ ਲੱਗ ਰਹੇ ਨੇ ਉਹਨਾਂ ਅਖਬਾਰਾਂ ਚ ਇਹ ਕਿਸ ਕਿਸਮ ਨਾਲ ਤੁਸੀਂ ਪੰਜਾਬ ਦੀ ਇਹ ਜਿਹੜੀ ਕਰਪਸ਼ਨ ਹੈ ਜਿਹੜੀ ਲੁੱਟ ਹੈ ਇਹ ਐਵੇਂ ਤਾਂ ਫਿਰ ਜੇ ਕਰੋਗੇ ਤੇ ਫਿਰ ਆਪਣਾ ਖਜ਼ਾਨਾ ਕਿਵੇਂ ਜਿਹੜਾ ਘਟਾ ਹੈ ਉਹ ਕਿਵੇਂ ਪੂਰਾ ਹੋਊਗਾ ਐਡਵੋਕੇਟ ਸਾਹਿਬ ਭਗਵਾਨ ਸਿੰਘ ਮਾਨ ਕਹਿੰਦੇ ਨੇ ਵੀ ਅਸੀਂ ਕਟੜ ਕਟੜ ਅ ਅਮਾਨਦਾਰ ਇੱਕ ਤਾਂ ਹੁੰਦਾ ਅਮਾਨਦਾਰ ਤੇ ਕਟੜ ਅਮਾਨਦਾਰ ਉਹਦੇ ਵਿੱਚ ਤੁਸੀਂ ਕਿੰਨਾ ਫਰਕ ਦੇਖਦੇ ਦੀ ਖੁਸ਼ੀ ਇਮਾਨਦਾਰੀ ਨੇ ਤਾਈ ਤੇ ਇਹਨਾਂ ਨੇ ਕਿਨਾਂ ਦਾ ਜੁੜਾ ਵਜ਼ੀਰ ਸੀ ਪਠਾਨਕੋਟ ਤੋਂ ਕਟਾਰੂ ਚੱਕ ਉਹਦਾ ਮੀਡੀਆ ਚ ਸੁਚੇ ਸਿੰਘ ਲੰਗਾ ਵਾਂਗੂ ਸਭ ਕੁਝ ਰਿਲੀਜ਼ ਹੋ ਗਿਆ ਹੈ ਅਜੇ ਤੱਕ ਮਹਿਕਮਾ ਉਹਨਾਂ ਕੋਲ ਹੈ ਐਵੇਂ ਇਹਨਾਂ ਦੇ ਜਿਹੜੇ ਮੰਤਰੀ ਸੀ ਵੱਡੇ ਮੰਤਰੀ ਸੀ ਪੰਚਾਇਤਾਂ ਦੇ ਢਾਲੀਵਾਲ ਸਾਹਿਬ ਤੁਸੀਂ ਵੇਖੋ ਕਿ ਕਿੱਡਾ ਵੱਡਾ ਸਕੈਂਡਲ ਉਹਦਾ ਨੰਗਾ ਹੋਇਆ ਹੈ ਤੇ ਢਾਲੀਵਾਲ ਸਾਹਿਬ ਵੀ ਅੱਜ ਉੱਥੇ ਬੈਠੇ ਹੋਏ ਨੇ ਤੇ ਇਹ ਇਮਾਨਦਾਰੀ ਦੀ ਗੱਲ ਹੈਗੀ ਹੈ ਹਾਂ ਜੀ ਕੱਟਰ ਇਮਾਨਦਾਰੀ ਆਪਾਂ ਕਹਿ ਸਕਦੇ ਹਾਂ ਵਿੱਚ ਹੈਗੀ ਹੈ ਤਾਂ ਹੀ ਜਿਹੜੀਆਂ ਚੀਜ਼ਾਂ ਵੀਡੀਓਜ਼ ਆ ਗਈਆਂ ਨੇ ਲੋਕਾਂ ਨੇ ਪ੍ਰੂਫ ਕਰ ਦਿੱਤਾ ਹੈ ਤੇ ਫਿਰ ਵੀ ਤੁਸੀਂ ਬੇਸ਼ਰਮੀ ਦੇ ਵਿੱਚ ਅਹੁਦੇ ਹੋਲਡ ਕੀਤੇ ਹੋਏ ਨੇ ਤੁਹਾਨੂੰ ਸ਼ਰਮ ਚਾਹੀਦੀ ਹੈ ਇੱਕ ਪਾਸੇ ਸਰ ਬੀਜੇ ਸਿੰਘਲਾ ਜੀ ਜਿਹੜੇ ਹੈਲਥ ਮਨਿਸਟਰ ਤੇ ਉਹਨਾਂ ਦੀ ਮੂਵੀ ਭਗਵੰਤ ਸਿੰਘ ਮਾਨ ਕੋਲੇ ਜਾਂਦੀ ਆ ਉਹਨਾਂ ਨੂੰ ਲਾਂਬੇ ਕੀਤਾ ਜਾਂਦਾ ਦੂਜੇ ਪਾਸੇ ਕਟਾਰੂ ਚੱਕ ਧਾਲੀਵਾਲ ਸਾਹਿਬ ਜਿਨ੍ਹਾਂ ਦਾ ਤੁਸੀਂ ਨਾਮ ਲੈ ਰਹੇ ਹੋ ਉਹਨਾਂ ਦੀਆਂ ਵੀਡੀਓ ਜਨਤਕ ਵੀ ਹੋ ਜਾਂਦੀਆਂ ਨੇ ਤਾਂ ਵੀ ਉਹਨਾਂ ਨੂੰ ਲਾਂਬੇ ਨਹੀਂ ਕੀਤਾ ਜਾਂਦਾ ਕਿਉਂ ਹੁਣ ਤਾਂ ਧੜਾ ਧੜ ਰੋਜ਼ ਹੀ ਆ ਰਹੀਆਂ ਸੀ ਕਦੇ ਕਿਸੇ ਐਮਐਲਏ ਦੀ ਆ ਗਈ ਹੁਣ ਦੇਖੋ ਕਿ ਉਹ ਜ਼ਲਾਲਾਬਾਦ ਤੋਂ ਐਮਐਲਏ ਦੀ ਵੀ ਆ ਗਈ ਹੈ ਇੱਕ ਫਰੂਸਪੁਰ ਤੋਂ ਹੋਰ ਐਮਐਲਏ ਦੀ ਆ ਗਈ ਹੈ ਈ ਤੇ ਜੀ ਤੇ ਧੜਾ ਧੜ ਸੱਚ ਸਾਹਮਣੇ ਆ ਜਾਏ ਫਿਰ ਤਾਂ ਲੋਕਾਂ ਨੂੰ ਪਤਾ ਹੀ ਹੈਗਾ ਤੁਸੀਂ ਦੇਖੋ ਨਾ ਤੁਹਾਡੇ ਇਸ ਹਲਕੇ ਦੇ ਗਰੀਬ ਲੋਕ ਜਿਹੜਾ ਕੋਈ ਮੋਬਾਈਲ ਵੇਚਦਾ ਸੀ ਅੱਜ ਕਿਵੇਂ ਉਹਨਾਂ ਦਾ ਲਾਈਫ ਦਾ ਜਿਹੜਾ ਸਟਾਈਲ ਆ ਉਹ ਬਦਲ ਗਿਆ ਹੈ ਮਹਿੰਗੇ ਫੋਨ ਮਹਿੰਗੀਆਂ ਗੱਡੀਆਂ ਲਾਈਫ ਸਟੇਚਰ ਬਦਲ ਗਿਆ ਹੈ ਇਸ ਸਾਲ ਦੇ ਵਿੱਚ ਇਹਨਾਂ ਨੇ ਕਿਹੜੀ ਫਸਲ ਬੀਜੀ ਹੈ ਤੇ ਅਸੀਂ ਤਾਂ ਕਵਾਂਗੇ ਵੀ ਜੇ ਭਗਵੰਤ ਮਾਨ ਜੀ ਇਹ ਜਿਹੜਾ ਇਹੋ ਜੀ ਫਸਲ ਸਾਰੇ ਪੰਜਾਬੀਆਂ ਨੂੰ ਸਮਝਾ ਦੇਣ ਤਾਂ ਫਿਰ ਇਹ ਗਰੀਬੀ ਨਾਲ ਟਕਰਾ ਕਿਉਂ ਮਾਰਨ ਬਾਕੀ ਸਭ ਇੱਕ ਲਾਸਟ ਕੁਐਸਚਨ ਆਪਣੇ ਅੰਮ੍ਰਿਤਪਾਲ ਸਿੰਘ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੀ ਕਿਵੇਂ ਦੀ ਪੈਰਵਾਈ ਚੱਲ ਰਹੀ ਆ ਕਿਵੇਂ ਦੇ ਕਿਉਂਕਿ ਉਹਨਾਂ ਵੱਲੋਂ ਚਿੱਠੀ ਵੀ ਇੱਕ ਹੋਈ ਆ ਰਿਲੀਜ਼ ਵੀ ਜਲਦ ਆ ਜਾਣਗੇ ਕਿਵੇਂ ਦੇ ਅਫਵਾਹ ਨੇ ਇਹ ਦਾ ਕਿਦਾਂ ਦੇ ਕੇਸ ਨੇ ਜਿਹੜੇ ਤੁਸੀਂ ਲੜ ਰਹੇ ਹੋ ਕਿਤੇ ਤੱਕ ਉਹਨਾਂ ਨੂੰ ਲੀ ਮਿਲਣਾ ਦੀਖੋ ਜੀ ਜਿਹੜਾ ਐਨਐਸਏ ਦਾ ਕੇਸ ਹੈ ਉਹਦੇ ਚ ਸਰਕਾਰ ਕੋ ਪਾਵਰ ਹੁੰਦੀ ਆ ਉਹ 1 ਸਾਲ ਤੱਕ ਤੁਹਾਨੂੰ ਅੰਦਰ ਰੱਖ ਸਕਦੀ ਆ ਤੀ ਜਿਹੜੇ ਪਹਿਲੇ ਮੁੰਡੇ ਫੜੇ ਗਏ ਨੇ ਜਿਨ੍ਹਾਂ ਨੂੰ 18 ਮਾਰਚ ਨੂੰ ਫੜਿਆ ਸੀ ਉਹਨਾਂ ਦਾ ਕੇਸ ਸੋਮਵਾਰ ਲੱਗਿਆ ਹੋਇਆ ਹੈ 6 ਨਵੰਬਰ ਨੂੰ ਅਸਤੇ ਕੋਰਟ ਨੇ ਸਾਨੂੰ 7-7 ਮਹੀਨੇ ਹੋ ਗਏ ਕੋਈ ਰਿਲੀਫ ਨਹੀਂ ਦਿੱਤੀ ਹੈਗੀ ਐਨਐਸਏ ਕੇਸ ਦੇ ਵਿੱਚ ਹੈ ਕਿ ਸਰਕਾਰ ਕਿਸੇ ਸਟੇਜ ਤੇ ਵਾਪਸੀ ਲੈ ਸਕਦੀ ਹੈ ਸੈਂਟਰਲ ਗਵਰਨਮੈਂਟ ਵੀ ਵਾਪਸੀ ਲੈ ਸਕਦੀ ਹੈ ਔਰ ਕੋਰਟਾਂ ਵੀ ਸਾਨੂੰ ਰਿਲੀਫ ਦੇ ਸਕਦੀਆਂ ਨੇ ਅੱਜ ਦੀ ਤਰੀਕ ਤੱਕ ਤਾਂ ਸਾਨੂੰ ਕਿਤੇ ਉਹ ਰਿਲੀਫ ਮਿਲੀ ਨਹੀਂ ਹੈਗੀ ਸਪੈਸ਼ਲੀ ਭਾਈ ਅਮਰਪਾਲ ਸਿੰਘ ਉਹਨਾਂ ਨੇ ਤਾਂ ਐਨਐਸਏ ਨੂੰ ਚੈਲੰਜ ਹੀ ਨਹੀਂ ਕੀਤਾ ਸੋ ਉਤ ਵਿੱਚ ਮੰਨ ਕੇ ਚੱਲਣਾ ਪਊਗਾ ਕਿ ਉਹ ਸਾਲ ਪੂਰਾ ਕਰਕੇ ਫਿਰ ਹੀ ਬਾਹਰ ਆਉਂਦਾ ਕੋਈ ਹੋਏਗਾ ਉਸ ਤੋਂ ਬਾਅਦ ਜਿਹੜਾ ਅਜਨਾਲਾ ਵੋਲੈਂਸ ਵਾਲਾ ਕੇਸ ਹੈ ਉਸ ਸੈਕਸ਼ਨ 307 ਹੈ ਫਿਰ ਇਹਨਾਂ ਨੇ ਸੈਕਸ਼ਨ 121 ਦੇ ਵਿੱਚ ਬਾਗਾ ਪ੍ਰਾਨਾ ਚ ਪਰਚੇ ਦਰਜ ਕੀਤੇ ਹੋਏ ਨੇ 13 ਦੇ ਕਰੀਬ ਐਫ ਆਰਸ ਨੇ ਭਾਈ ਸਾਹਿਬ ਦੇ ਖਿਲਾਫ ਜਿੱਦੂ ਜ਼ਮਾਨਤਾਂ ਦੇਣਗੇ ਫਿਰ ਹੀ ਬਾਹਰ ਆਉਣਗੇ ਨਾ ਜੀ ਚਾਹੇ ਫਿਰ ਸਰਕਾਰ ਕੋਲੇ ਪਾਵਰ ਹੈਗੀ ਹੈ ਕਿ ਭਗਵੰਤ ਸਿੰਘ ਮਾਨ ਜੀ ਮੀ फूलन देवी ਦੇ ਖਿਲਾਫ ਬਾਈ ਠਾਕਰਾ ਨੂੰ ਕਤਲ ਕਰਨ ਦਾ ਕੇਸ ਸੀ ਔਰ ਉਹਦੇ ਖਿਲਾਫ ਤਕਰੀਬਨ 48 ਦੇ ਕਰੀਬ ਐਫ ਆਰ ਸੀ ਜੇ ਸਟੇਟ ਚਾਹੀਏ ਤਾਂ ਉਹ ਵਿਡਰੋ ਕਰਕੇ ਤੇ ਕੱਲ ਹੀ ਰਿਲੀਜ਼ ਕਰਾ ਸਕਦੀ ਹੈ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਅ ਸਰ ਇੱਕ ਵਚਨ ਹੋਰ ਜਿਵੇਂ ਭਾਜਪਾ ਦਾਵਾ ਕਰਦੀ ਹੈ ਵੀ ਅਸੀਂ ਸਿੱਖੀ ਨੂੰ ਮੰਨਦੇ ਹਾਂ ਅ ਸਿਰਸਾ ਜੀ ਭਾਜਪਾ ਵਿੱਚ ਬਦਲ ਜਾਂਦੇ ਨੇ ਵੀ ਅਸੀਂ ਸਿੱਖੀ ਦੀ ਗੱਲ ਕਰਾਂਗੇ ਕਿ ਲੱਗਦਾ ਭਾਜਪਾ ਸਿੱਖਾਂ ਨੂੰ ਕੋਈ ਰਿਲੀਫ ਦੇਊਗੀ ਜਾਂ ਉਹ ਕਾਂਗਰਸ ਤੋਂ ਵੀ ਬਾੜਾ ਇਹਨਾਂ ਦਾ ਰੂਪ ਹੈ ਦੇਖੋ ਸਭ ਤੋਂ ਪਹਿਲੇ ਤੇ ਮੈਂ ਬੀਜੇਪੀ ਵਾਲੇ ਜਿਹੜੇ ਨਿਕਰਤਾਰੀ ਸਿੱਖ ਨਹੀਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਹੈ ਕਿ ਬੀਜੇਪੀ ਦਾ ਐਮਐਲਏ ਸੀ ਲਾਲਾ ਹਰਵੰਸ لال ਜਿਨੇ ਅੰਮ੍ਰਿਤਸਰ ਚ ਦਰਬਾਰ ਸਾਹਿਬ ਦਾ ਮਾਡਲ ਤੋੜ ਕੇ ਉਰਤੇ ਮੂਤ ਕੀਤਾ ਸੀ ਤੇ ਉਸੇ ਹੀ ਲਾਲੇ ਦਾ ਜਿਹੜਾ ਚੌਂਕ ਦਾ ਉਤਕਰਨ ਉਦੋਂ ਇਹਨਾਂ ਦਾ ਹੋਮ ਮਿਨਿਸਟਰ ਐਲਕੇ ਅਡਵਾਨੀ ਕਰਨ ਆਇਆ ਸੀ ਜਦੋਂ ਟੋਰਾਸ ਸਾਹਿਬ ਨੂੰ ਇਹ ਸੋਚ ਕੇ ਅਟੈਕ ਹੋ ਗਿਆ ਸੀ ਕਿ ਮੈਂ ਆਪ ਦੀ ਜ਼ਮੀਰ ਜੁੰਦੀ ਜਾਗਦੀ ਨਾਲ ਉੱਥੇ ਕਿਵੇਂ ਜਾਵਾਂਗਾ ਇਹ ਉਹਨਾਂ ਦੇ ਮਨ ਤੇ ਪ੍ਰੈਸ਼ਰ ਸੀ ਇਹੀ ਕਾਰਨ ਹੈ ਕਿ ਉਸ ਦਿਨ ਜਿੱਥੇ ਦਾ ਟੋਰਾ ਸਾਹਿਬ ਨੂੰ ਹਾਰਟ ਦਾ ਅਟੈਕ ਹੋਇਆ ਤੇ ਇਹਨਾਂ ਦਾ ਜਿਹੜਾ ਹੋਮ ਮਿਨਿਸਟਰ ਜਿਹੜਾ ਸੀਨੀਅਰ ਲੀਡਰ ਹੈ ਬੀਜੇਪੀ ਦਾ ਹੋਮ ਮਿਨਿਸਟਰ ਐਲਕੇ ਅਡਵਾਨੀ ਆਪਦੀ ਕਿਤਾਬ ਚ ਲਿਖਦਾ ਹੈ ਮਾਈ ਕੰਟਰੀ ਮਾਈ ਲਾਈਫ ਕਿ ਇੰਦਰਾ ਗਾਂਧੀ ਤਾਂ ਦਰਵਾਰ ਸਾਹਿਬ ਤੇ ਅਟੈਕ ਨਹੀਂ ਸੀ ਕਰਦੀ ਇਹ ਅਸੀਂ ਉਹਨੂੰ ਪ੍ਰੈਸ਼ਰਾਈਜ਼ ਕੀਤਾ ਕਿ ਅਟੈਕ ਕਰ ਜਿਹੜੇ ਲੋਕ ਦਰਬਾਰ ਸਾਹਿਬ ਤੇ ਅਟੈਕ ਕਰਾਉਣ ਲਈ ਜ਼ਿੰਮੇਵਾਰ ਨੇ ਕੀ ਉਹਨਾਂ ਨੂੰ ਤੁਸੀਂ ਪੰਥਪ੍ਰਸਤ ਮੰਨਦੇ ਹੋ ਤੇ ਇਹ ਜਿਹੜੇ ਦਿੱਲੀ ਵਾਲੇ ਨਿਕਰਤਾਰੀ ਸਿੱਖ ਨੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ ਇਹ ਦੱਸੋ ਵੀ 10 ਮੁੰਡੇ ਤੇ ਸਾਡੇ ਤੁਸੀਂ ਚੱਕ ਕੇ ਡਿਬਰਗੜ੍ਹ ਲੈ ਗਿਓ 3000 ਕਿਲੋਮੀਟਰ ਜਿੱਥੇ ਤੁਸੀਂ ਬਾਏ ਮਤਲਬ ਟ੍ਰੇਨ ਟਰੈਵਲ ਕਰਨਾ ਹੋਵੇ ਤਾਂ ਤੁਹਾਨੂੰ ਇੱਕ ਹਫ਼ਤੇ ਦਾ ਸਮਾਂ ਲੱਗਦਾ ਤੇ ਬਾਏ ਇਹ ਟਰੈਵਲ ਕਰਨ ਚ ਵੀ ਜਿਹੜਾ ਵਾ 60 70000 ਰੁਪਏ ਦਾ ਖਰਚਾ ਅਪਡਾਉਨ ਦਾ ਆਜੰਦ ਹੈ ਤੇ ਜੀ ਪੰਜਾਬ ਦੇ ਮੁੰਡੇ ਚੱਕ ਚੱਕ ਤੁਸੀਂ 3 3000 ਕਿਲੋਮੀਟਰ ਜ਼ਿਲ੍ਹਿਆਂ ਚ ਬੰਦ ਕਰਨ ਨੂੰ ਕਹਿੰਦੇ ਹੋ ਕਿ ਸਿੱਖੀ ਪ੍ਰਤੀ ਹਮਦਰਦੀ ਹੈ ਤੇ ਫਿਰ ਤਾਂ ਇਹ ਖਾਲਸਾ ਪੰਥ ਜਾਣਦੇ ਹੀ ਆ ਵੀ ਇਹ ਕਿਹੋ ਜਿਹਾ ਸਿੱਖ ਹੋ ਸਕਦੇ ਨੇ ਸਰ ਸਿਮਰਨਜੀਤ ਸਿੰਘ ਮਾਨ ਨੇ ਕਈ ਵਾਰ ਅਪੀਲ ਕੀਤੀ ਆ ਵੀ ਮੈਨੂੰ ਭਾਈ ਅਮਰਪਾਲ ਸਿੰਘ ਨੂੰ ਮਿਲਣਾ ਦਿੱਤਾ ਜਾਵੇ ਕਿ ਜਿਵੇਂ ਮੈਂਬਰ ਪਾਰਲੀਮੈਂਟ ਨੇ ਉਹਨਾਂ ਦਾ ਕੋਈ ਮਿਲਣ ਦਾ ਤੁਸੀਂ ਐਡਵੋਕੇਟੋਂ ਮਿਲਣ ਦਾ ਕੋਈ ਜ਼ਰੀਆ ਹੈ ਮੈਗਲ ਦਿੱਤਾ ਜਾ ਸਕਦਾ ਮਿਲਿਆ ਜਾ ਸਕਦਾ ਉਹਨਾਂ ਨੂੰ ਤੇ ਕੁਝ ਜਿਹੜਾ ਜੇਲ ਮੈਨੂਅਲ ਹੈ ਉਸ ਚ ਅਮੈਂਡਮੈਂਟ ਵੀ ਹੋ ਸਕਦੀ ਹੈ ਹੁਣ ਤੁਸੀਂ ਦੇਖੋ ਕਿ ਭਾਈ ਪਰਮਜੀਤ ਸਿੰਘ ਪਿਉਰੇ ਦੀ ਭਤੀਜੀ ਦਾ ਵਿਆਹ ਸੀ ਦਿੱਲੀ ਦੇ ਵਿੱਚ ਤੇ 27 ਸਾਲ ਤੋਂ ਜੇਲ ਚ ਬੰਦ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਪਰਮਿਸ਼ਨ ਦਿੱਤੀ ਜਾਏ 6 ਘੰਟੇ ਦੀ ਕਸਟਡੀ ਪ੍ਰੋਲ ਦਿੱਤੀ ਜਾਏ ਕਸਟਡੀ ਪ੍ਰੋਲ ਦਾ ਫਰਕ ਹੁੰਦਾ ਹੈ ਕਿ ਮੈਨੂੰ ਜਿਹੜੀ ਤੁਹਾਡੀ ਬਿਹਤਰ ਫੋਰਸ ਹੈ ਫੌਜ ਹੈ ਜਿਹੜੀ ਵੀ ਕੋਈ ਹੈਗੀ ਹੈ ਉਦੀ ਹਾਜ਼ਰੀ ਚ ਪੇਸ ਦਿਓ ਸਾਡੀ ਰੈਟ ਵਿੱਚ ਕਹਿੰਦੇ ਨੇ ਜੀ ਜਿਹੜਾ ਇਹ ਕਾਨੂੰਨ ਹੈਗਾ ਜ਼ਿਲ ਮੈਨੂਅਲ ਉਰਚਪਤੀਜੀ ਵਾਟ ਐਕਸਪਲੇਨ ਨਹੀਂ ਕੀਤਾ ਹੈਗਾ ਸੋ ਅਸੀਂ ਅਲਾਉ ਨਹੀਂ ਕਰਦੇ ਦੂਸਰੇ ਪਾਸੇ ਜਿਹੜਾ ਸਰਸੇ ਵਾਲਾ ਡੇਰੇ ਦਾ ਮੁਖੀ ਹੈ ਬਾਬਾ ਜਿੰਨੇ ਤੇ ਰੇਪ ਦਾ ਪਰਚਾ ਹੈ ਜਿੰਨੇ ਕਤਲ ਦਾ ਪਰਚਾ ਹੈ ਉਹਨੂੰ ਤੁਸੀਂ ਫਿਲਮਾਂ ਬਣਾਉਣ ਲਈ ਵੀ ਰਿਲੀਜ਼ ਕਰੀ ਜਾ ਰਹੇ ਹੋ ਉਹ ਪ੍ਰਚਾਰ ਵੀ ਕਰ ਰਿਹਾ ਆਪ ਦੇ ਡੇਰੇ ਵੀ ਚਲਾ ਰਿਹਾ ਹੈਗਾ ਤੇ ਇਹ ਵੀ ਜਿਹੜੀ ਸਰਦਾਰ ਸਿਮਰਤਜੀਤ ਸਿੰਘ ਮਾਨ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਨੇ ਆਈਪੀਐਸ ਅਫਸਰ ਨੇ ਮੈਂਬਰ ਪਾਰਲੀਮੈਂਟ ਨੇ ਜੋ ਆਪ ਦੇ ਕਿਸੇ ਸਿੱਖ ਨਾਲ ਮੁਲਾਕਾਤ ਕਰਨਾ ਚਾਹੁੰਦੇ ਨੇ ਤੋਂ ਅਲਾਓ ਕਰ ਦੇਣੀ ਚਾਹੀਦੀ ਹੈ ਜੀ ਉਹਦੇ ਵਿੱਚ ਕੋਈ ਉੱਥੇ ਕੈਮਰੇ ਲੱਗੇ ਨੇ ਜੇਲ੍ਹ ਦੇ ਵਿੱਚ ਮੈਂ ਜਾਣਾ ਮੁਲਾਕਾਤ ਤਾਂ ਕਰਦਾ ਹੈ ਉਹਦੇ ਵਿੱਚ ਆਬਜੈਕਸ਼ਨ ਕਿਹੜੀ ਗੱਲ ਦਾ ਹੈਗਾ ਸਾਰਾ ਕੁਝ ਤੋਂ ਦੇ ਕੈਮਰੇਸ ਰਿਕਾਰਡ ਹੋ ਜੇ ਨਾ ਵੀ ਨੇ ਕਿਹੜੀ ਗੱਲ ਕੀਤੀ ਹੈਗੀ ਮੈਂਬਰ ਪਾਰਲੀਮੈਂਟ ਬਤਾਓ ਦੇਖੋ ਜਿਹੜੇ ਕਾਨੂੰਨ ਹੁੰਦੇ ਨੇ ਉਹ ਤਾਂ ਕਦੇ ਵੀ ਬਦਲੇ ਜਾ ਸਕਦੇ ਹਨ ਜਿਸ ਸਟੇਟ ਦੀ ਵਿਲ ਹੋਏ ਕਾਨੂੰਨ ਤਾਂ ਕੋਈ ਪਰਮਨੈਂਟ ਨਹੀਂ ਹੁੰਦੇ ਰੋਜ਼ ਹੀ ਟੁੱਟਦੇ ਨੇ ਇਹ ਹਨ ਸੀਨੀਅਰ ਐਡਵੋਕੇਟ ਸਿਮਰਨਜੀਤ ਸਿੰਘ ਜਿਹੜੇ ਕਿ ਸਿੱਖ ਨੌਜਵਾਨਾਂ ਦੇ ਕੇਸ ਲੜਦੇ ਨੇ ਪਰਮਜੀਤ ਸਿੰਘ ਭਿਓਰ ਵਰਗਿਆਂ ਦੇ ਕੇਸ ਲੜਦੇ ਨੇ ਜਗਤਾਰ ਸਿੰਘ ਤਾਰੇ ਵਰਗਿਆਂ ਦੇ ਕਿਉਂਕਿ ਹੁਣ ਭਾਈ ਅੰਮ੍ਰਿਤਪਾਲ ਸਿੰਘ ਦਾ ਵੀ ਕੇਸ ਲੜ ਰਹੇ ਨੇ ਹਲਪਲ ਦੀ ਅਪਡੇਟ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਇਕਬਾਲ ਸਿੰਘ ਫਗੋਲਾ ਪਵਾਨੀਕਰ ਨਿਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੜਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਕਿੱਦ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ